ਆਪਾਂ ਹੁਣ ਚ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਅੱਜ ਜਦੋਂ ਕੁੱਲ ਦੁਨੀਆ ਕਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਸਿੱਖ ਕੌਮ ਵੱਲੋਂ ਮਨੁੱਖਤਾ ਦੀ ਮਦਦ ਦੀਆਂ ਤਸਵੀਰਾਂ ਥਾਂ ਥਾਂ ਤੋਂ ਸਾਹਮਣੇ ਆ ਰਹੀਆਂ ਹਨ। ਕਿਤੇ ਲੰਗਰ ਲਗਾਏ ਜਾ ਰਹੇ ਹਨ, ਕਿਤੇ ਗਰੀਬ ਗੁਰਬਿਆਂ ਨੂੰ ਰਾਸ਼ਨ ਵੰਡਿਆ ਜਾ ਰਿਹਾ, ਨਿਰਾਸਰਿਆਂ ਨੂੰ ਆਸਰਾ ਦਿੱਤਾ ਜਾ ਰਿਹਾ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਜਿੱਥੇ ਜਿੱਥੇ ਸਿੱਖ ਕੌਮ ਵੱਸਦੀ ਹੈ ਉਹਨਾਂ ਨੇ ਆਪਣੀ ਸੇਵਾ ਭਾਵਨਾ ਅਤੇ ਮਨੁੱਖਤਾ ਦੀ ਭਲਾਈ ਦੇ ਜਜ਼ਬੇ ਨਾਲ ਹਰ ਕਿਸੇ ਨੂੰ ਟੁੰਬਿਆ ਹੈ। ਪੰਜਾਬੀ ਅਦਾਕਾਰ ਐਮੀ ਵਿਰਕ ਸਿੱਖ ਕੌਮ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੇ ਕਾਇਲ ਹੋਏ ਹਨ। ਉਹਨਾਂ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਸਿੱਖ ਕੌਮ ਦੀ ਸੇਵਾ ਭਾਵਨਾ ਦੀ ਤਾਰੀਫ ਕੀਤੀ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਮਜ਼ਦੂਰਾਂ ਨਾਲ ਭਰੀ ਟ੍ਰੇਨ ਰਵਾਨਾ ਹੋ ਰਹੀ ਹੈ, ਨਾਲ ਹੀ ਸਿੰਘਾਂ ਵੱਲੋਂ ਰੇਲ ਦੇ ਨਾਲ ਦੌੜ ਦੌੜ ਕੇ ਲੋੜਵੰਦ ਹੱਥ ਖਾਣਾ ਫੜਾਇਆ ਜਾ ਰਿਹਾ ਹੈ। ਐਮੀ ਵਿਰਕ ਖੁਦ ਇਸ ਵੀਡੀਓ ਤੋਂ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਹੈ, ਨਾਲ ਹੀ ਲਿਖਿਆ ਕਿ ਧੰਨ ਗੁਰੂ ਨਾਨਕ ਦੇਵ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਲਮ ਅਦਾਕਾਰ ਤੇ ਗਾਇਕ ਐਮੀ ਵਿਰਕ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਉੱਪਰ ਹੋਰ ਫਿਲਮ ਅਦਾਕਾਰਾਂ ਵੱਲੋਂ ਵੀ ਕਮੈਂਟ ਕਰ ਸਿੱਖ ਕੌਮ ਦੇ ਸੇਵਾ ਦੇ ਜਜ਼ਬੇ ਦੀ ਤਾਰੀਫ ਕੀਤੀ ਗਈ ਹੈ। ਸੋਨਮ ਬਾਜਵਾ ਨੇ ਇਸ ਵੀਡੀਓ ਬਾਰੇ ਲਿਖਿਆ ਕਿ ਬਹੁਤ ਵੱਡਾ ਉਪਰਾਲਾ ਹੈ, ਰੱਬ ਇਹਨਾਂ ਦਾ ਭਲਾ ਕਰੇ। ਵਾਮਿਕਾ ਗੱਬੀ ਸਮੇਤ ਪ੍ਰਿੰਸ ਕਵਲਜੀਤ ਸਿੰਘ ਨੇ ਵੀ ਇਸ ਵੀਡੀਓ ਦੀ ਤਾਰੀਫ ਕੀਤੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।